ਹਾਂਜੀ ਤੇ ਮਿੱਤਰੋ ਇੱਕ ਕੰਟਰੀ ਐਸਾ ਵੀ ਹੈ ਵੇ ਜਿਹੜਾ ਕਿ ਇੰਡੀਅਨ ਤੇ ਪਾਕਿਸਤਾਨੀ ਪਾਸਪੋਰਟ ਨੂੰ ਇੰਡੀਅਨ ਪਾਕਿਸਤਾਨੀ ਸਿਟੀਜ਼ਨ ਨੂੰ ਵੀਜ਼ਾ ਫ੍ਰੀ ਆਫਰ ਕਰਦਾ ਵੇ ਉਸ ਤੋਂ ਬਾਅਦ ਵੀਜ਼ਾ ਫ੍ਰੀ ਜਾ ਕੇ ਤੁਸੀਂ 1 ਸਾਲ ਦਾ ਵਰਕ ਪਰਮਿਟ ਵੀ ਲੈ ਸਕਦੇ ਹੋ ਉਸੇ ਵੀਜ਼ੇ ਦੇ ਉੱਤੇ ਇਸ ਵੀਡੀਓ ਦੇ ਵਿੱਚ ਉਸ ਕੰਟਰੀ ਬਾਰੇ ਤੁਹਾਨੂੰ ਦੱਸਾਂਗੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਿਓ ਤੇ ਉਹ ਸਭ ਨਾਲੋਂ ਵੱਡੀ ਗੱਲ ਇਸ ਕੰਟਰੀ ਦੀ ਇਹ ਵੇ ਕਿ ਇਹ ਕੰਟਰੀ ਤੁਹਾਨੂੰ ਹਾਂ 70 ਸਾਲਾਂ ਬਾਅਦ ਪਾਸਪੋਰਟ ਵੀ ਦੇਹੜਦਾ ਵੇ ਜੇ ਤੁਹਾਨੂੰ ਪਾਕਿਸਤਾਨ ਦੀ ਇੰਡੀਅਨ ਜੇਰੀ ਸਿਟੀਜ਼ਨ ਨਹੀਂ ਉਹ ਵੀ ਨਹੀਂ ਛੱਡਣੀ ਪੈਂਦੀ ਇਸ ਕੰਟਰੀ ਦਾ ਸਭ ਨਾਲ ਵੱਡਾ ਬੈਨੀਫਿਟ ਇਹ ਵੇ ਕਿ ਇਹ ਡੁਅਲ ਸਿਟੀਜ਼ਨ ਅਲੋ ਕਰਦੀ ਹੈ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਤੇ ਆਪਣਾ ਵਾਇਸ ਮੈਸੇਜ ਜੇਰਾ ਤੁਸੀਂ ਮੈਸੈਂਜਰ ਦੇ ਉੱਤੇ ਕਰ ਸਕਦੇ ਹੋ ਮੈਂ ਉਹਦਾ ਤੁਹਾਨੂੰ ਰਿਪਲਾਈ ਕਰ ਦਿਆਂਗਾ ਹਾਂਜੀ ਤੇ ਮਿੱਤਰੋ ਅਸੀਂ ਗੱਲ ਕਰਨੀ ਆ ਇੱਕ ਅਫਰੀਕਨ ਕੰਟਰੀ ਹੈ ਸ਼ੇਜਲ ਸ਼ੇਜਲ ਦਾ ਚਿਰਾ ਵੀਜ਼ਾ ਫ੍ਰੀ ਹੈ ਉਹ ਪਾਕਿਸਤਾਨੀ ਪਾਸਪੋਰਟ ਦੇ ਉੱਤੇ ਵੀ ਤੇ ਇੰਡੀਅਨ ਪਾਸਪੋਰਟ ਦੇ ਉੱਤੇ ਵੀ ਹੈ ਵੀਜ਼ਾ ਫ੍ਰੀ ਜਾ ਕੇ ਤੇ ਤੁਸੀਂ 1 ਸਾਲ ਦਾ ਵਰਕ ਪਰਮਿਟ ਲੈ ਸਕਦੇ ਹੋ ਉੱਥੇ ਜਾ ਕੇ ਸਭ ਨਾਲੋਂ ਵੱਡੀ ਗੱਲ ਇਹ ਵੇ ਕਿ ਪਾਕਿਸਤਾਨ ਤੇ ਇੰਡੀਆ ਤੋਂ ਇਸ ਕੰਟਰੀ ਜਾਣਾ ਕਾਫੀ ਜ਼ਿਆਦਾ ਸੌਖਾ ਵੇ ਇੰਡੀਆ ਤੋਂ ਤੇ ਪਾਕਿਸਤਾਨ ਤੋਂ ਡਾਇਰੈਕਟ ਫਲਾਈਟ ਨਹੀਂ ਲੱਭਦੀ ਬਟ ਤੁਸੀਂ ਵਿਦਆਊਟ ਟਰਾਂਜ਼ਿਟ ਵੀਜ਼ਾ ਕਿਸੇ ਵੀ ਵੱਡੀ ਕੰਟਰੀ ਦਾ ਟਰਾਂਜ਼ਿਟ ਵੀਜ਼ਾ ਲਿਉ ਬਿਨਾਂ ਤੁਸੀਂ ਜਿਹੜਾ ਨਾ ਉਹ ਸ਼ੇਜਲ ਪਹੁੰਚ ਸਕਦੇ ਹੋ ਇਹ ਜਿਹੜਾ ਇੱਕ ਅਫਰੀਕਨ ਕੰਟਰੀ ਹੈ ਜਾਰਾ ਰੂਟ ਇਸ ਜਾਣ ਵਾਸਤੇ ਸ਼ੇਜਲ ਜਾਣ ਵਾਸਤੇ ਉਹ ਇਹ ਵੇ ਕਿ ਇੰਡੀਆ ਪਾਕਿਸਤਾਨ ਤੋਂ ਦੁਬਈ ਜਾਂ ਕਤਰ ਜਾਣਾ ਪਏਗਾ ਦੁਬਈ ਜਾਂ ਕਤਰ ਤੋਂ ਤੁਹਾਡੇ ਜਿਹੜੀ ਫਲਾਈਟ ਹੋਏਗੀ ਇਥੋਪੀਆ ਦੀ ਇਥੋਪੀਆ ਤੋਂ ਅੱਗੇ ਜਿਹੜੀ ਫਲਾਈਟ ਹੋਏਗੀ ਤੁਹਾਨੂੰ ਜਿੰਨੀਆਂ ਵੀ ਅਫਰੀਕਾ ਦੇ ਅੱਗੇ ਕੰਟਰੀ ਨੇ ਯੂਗਾਂਡਾ ਕੀਨੀਆ ਬੈਨਨ ਆ ਮੋਜ਼ੰਬਿਕ ਜ਼ੰਬਾਵੇ ਜ਼ੰਬੀਆ ਸਾਊਥ ਅਫਰੀਕਾ ਸ਼ੇਲ ਮਾਡਾਗਾਸਕਰ ਇਹਨਾਂ ਜਿੰਨੀਆਂ ਵੀ ਕੰਟਰੀਆਂ ਨੇ ਇਹ ਕੰਟਰੀ ਤੁਹਾਨੂੰ ਫਲਾਈਟ ਇਥੋਪੀਆ ਤੋਂ ਉਲਬ ਜਾਵੇਗੀ ਤੇ ਇਹ ਕੰਟਰੀ ਪਹੁੰਚਣਾ ਆਸਾਨ ਹੈ ਇਹਦੀ ਜਿਹੜੀ ਫਲਾਈਟ ਟਿਕਟ ਉਹ ਵੀ ਕਾਫੀ ਜ਼ਿਆਦਾ ਸਸਤੀ ਹੈ ਤੇ ਉਸ ਤੋਂ ਬਾਅਦ ਜਿੱਦੋਂ ਤੁਸੀਂ ਵੀਜ਼ਾ ਫ੍ਰੀ ਜਾਂਦੇ ਹੋ ਉੱਥੇ ਵੀਜ਼ਾ ਫ੍ਰੀ ਜਾ ਕੇ 7 ਦਿਨਾਂ ਬਾਅਦ ਤੁਸੀਂ ਜਿਹੜਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਵਰਕ ਪਰਮਿਟ ਅਪਲਾਈ ਕਰਨਾ ਕੋਈ ਏਡਾ ਜ਼ਿਆਦਾ ਮੁਸ਼ਕਲ ਨਹੀਂ ਹੈ ਜਦੋਂ ਤੁਹਾਡਾ ਵੀਜ਼ਾ ਫ੍ਰੀ ਹੋਏਗਾ ਉਸ ਵੀਜ਼ੇ ਦਾ ਜਿਹੜਾ ਕੋਡ ਹੋਏਗਾ ਉਸ ਵੀਜ਼ੇ ਦਾ ਆਨਲਾਈਨ ਜਾ ਕੇ ਤੁਸੀਂ ਤੇ ਆਪਣਾ ਜਿਹੜੀ ਰਜਿਸਟ੍ਰੇਸ਼ਨ ਇਹ ਕਰਵਾ ਸਕਦੇ ਹੋ ਤੁਹਾਡੇ ਕੋਲ ਫੀਸ ਲਈ ਜਾਏਗੀ ਆ ਕੁਝ ਵੀਰ ਕਹਿੰਦੇ ਨੇ ਕਿ 80 ਡਾਲਰ ਫੀਸ ਹੈ ਕੁਝ ਵੀਰ ਕਹਿੰਦੇ ਨੇ ਕਿ 130 ਡਾਲਰ ਫੀਸ ਹੈ ਇਹ ਕਨਫਰਮ ਨਹੀਂ ਹੈ ਤੁਸੀਂ ਕਨਫਰਮ ਕਰ ਲਿਓ ਬਟ ਮੈਕਸਿਮਮ ਜਿਹੜੀ ਫੀਸ ਹੈ ਉਹ 100 ਤੇ 13 ਡਾਲਰ ਹੀ ਇਜ਼ਤ ਘਟ ਹੀ ਹੋਏਗੀ ਜਿਹੜੀ ਫੀਸ ਤੇ ਤੁਸੀਂ ਉਹ ਜਿਹੜੀ ਹੈ ਉਹ ਦਫਤਰ ਤੇ ਵਿੱਚ ਹੀ ਜਮਾ ਕਰवानी ਹੈ ਨਾਲ ਆਪਣੀ ਫਾਈਲ ਸਬਮਿਟ ਕਰवानी ਹੈ तकरीबन 14 ਤੋਂ 15 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜਿਹੜਾ ਵਰਕ ਪਰਮਿਟ ਉਹ ਲੰਘ ਕੇ ਆਈ ਹੋਵੇਗਾ ਇੱਕ ਸਾਲ ਵਰਕ ਪਰਮਿਟ ਕੰਮ ਕਰਨ ਤੋਂ ਬਾਅਦ ਤੁਸੀਂ ਅਗੂ ਨੂੰ ਐਕਸਟੈਂਡ ਵੀ ਕਰਵਾ ਸਕਦੇ ਹੋ 3 ਸਾਲਾਂ ਵਾਸਤੇ ਤੇ 5 ਸਾਲਾਂ ਵਾਸਤੇ ਜੇ ਤੁਸੀਂ ਉਸ ਵਰਕ ਪਰਮਿਟ ਨੂੰ ਕਨਵਰਟ ਕਰਵਾਓਗੇ ਤੇ ਅਗੂ ਤੁਹਾਡੇ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਹੈ ਤੇ 1.5 ਸਾਲ ਬਾਅਦ ਉਸ ਟੈਂਪਰੇਰੀ ਰੈਜ਼ੀਡੈਂਟ ਤੇ ਰਹਿਣ ਤੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਵੀ ਅਪਲਾਈ ਕਰ ਸਕਦੇ ਹੋ ਜੇ ਤੁਹਾਡੀ ਪਰਮਾਨੈਂਟ ਰੈਜ਼ੀਡੈਂਟ ਹੀ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਡਾ ਜਿਹੜਾ ਨਾ ਉਹ ਲੈਂਗੁਏਜ ਦਾ ਇੱਕ ਟੈਸਟ ਹੁੰਦਾ ਹੈ ਉਸ ਲੈਂਗੁਏਜ ਦੇ ਟੈਸਟ ਨੂੰ ਤੁਸੀਂ ਆ ਪਾਸ ਕਰਨਾ ਹੁੰਦਾ ਵੇ ਜੇ ਤੁਸੀਂ ਪਾਸ ਕਰ ਲੈਂਦੇ ਹੋ ਤੇ ਤਕਰੀਬਨ ਅਗਲੇ 9 ਮਹੀਨਿਆਂ ਬਾਅਦ ਕਲਚਰ ਦਾ ਟੈਸਟ ਦੇ ਕੇ ਤੇ ਤੁਸੀਂ ਜਿਹੜਾ ਉਹ ਸ਼ੇਜਲ ਦਾ ਪਾਸਪੋਰਟ ਲੈ ਸਕਦੇ ਹੋ ਸੌਖੇ ਤਰੀਕੇ ਦੇ ਨਾਲ ਸ਼ੇਜਲ ਕੰਟਰੀ ਦੇ ਰਿਲੇਟਿਡ ਤੁਹਾਡਾ ਹੋਰ ਕੋਈ ਵੀ ਸਵਾਲ ਹੈ ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜਿੰਨਾ ਵੀ ਨਹੀਂ ਤੱਕ ਚੈਨਲ ਟੀਚ ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਟੀਚ ਵੀਜ਼ਾ ਨੂੰ ਸਬਸਕ੍ਰਾਈਬ ਕਰੋ ਮਿਲਦੀਆਂ ਤੁਹਾਨੂੰ ਨੈਕਸਟ ਵੀਡੀਓ ਤੇ ਰੱਬ ਰਾਕਾ